ਬਠਿੰਡਾ ਦੇ CIA 2 ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਕਾਰ 50 ਕਿਲੋ ਭੁੱਕੀ ਚੂਰਾ ਪੋਸਤ, 2 ਕਾਰਤੂਸ ਅਤੇ 32 ਬੋਰ ਪਿਸਟਲ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜਿਸ 'ਤੇ ਥਾਣਾ ਮੌੜ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਇਹ ਆਦਮੀ ਮੌੜ ਵਿਖੇ ਨਹੁਰੇ ਦਾ ਕੰਮ ਕਰਦਾ ਸੀ ਅਤੇ ਉੱਥੇ ਹੀ ਨਾਲ ਭੁੱਕੀ ਦਾ ਕੰਮ ਕਰਨ ਲੱਗ ਗਿਆ, ਜਿਸ ਨੂੰ CIA 2 ਨੇ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। SSP ਸਰਦਾਰ ਨਾਨਕ ਸਿੰਘ, IPS ਬਠਿੰਡਾ ਵੱਲੋਂ ਬਿੱਡੀ ਨਸ਼ਾ ਮੁਹਿੰਮ ਤਹਿਤ ਕੱਲ੍ਹ ਰਾਤ CIA 2 ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਗੁਰਜੀਤ ਸਿੰਘ ਪੁੱਤਰ ਪਿਆਰਾ ਸਿੰਘ ਨੂੰ ਸਮੇਤ ਇੱਕ ਗੱਡੀ, 50 ਕਿਲੋ ਭੁੱਕੀ ਅਤੇ 32 ਬੋਰ ਪਿਸਟਲ, 2 ਰਾਉਂਡ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਕੇ ਥਾਣਾ ਮੌੜ ਪਰਚਾ ਦਰਜ ਕਰਕੇ ਅਗਲੀ ਤਫਤੀਸ਼ ਸ਼ਾਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹ ਕਿੱਥੇ ਲੈ ਕੇ ਚੱਲਿਆ ਸੀ ਜੀ, ਕਿੱਥੋਂ ਲੈ ਕੇ ਆਇਆ ਸੀ? ਕਿਉਂਕਿ ਇਹ ਨਹੁਰਾ ਕਰਦਾ ਤੇਲ ਦਾ, ਉੱਥੇ ਉੱਥੋਂ ਲੈ ਕੇ ਆ ਰਿਹਾ ਸੀ, ਕਿਤੋਂ ਉੱਥੇ ਰੱਖ ਰਿਹਾ ਸੀ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।